बिस्मिल्लाहिर्रहमानिर्रहीम। आओ जवाको, कुछ पानी दे करतब वेखिए। साडे कोल गलास, नमक, खाण वाला रंग ते आ एक प्याला प्लास्टिक दा। पहला करतब आ, ये गलास नूं तकरीबन अद्धा भरिया पानी नाल ते ये कागज़ दा गत्ता ये प्याला थल्ले रख के ते कागज़ दे गत्ते नूं गलास दे मूँह उत्ते रखिया, एक हाथ नाल दबाया ते ए पानी नूं उल्टा कर दिता। तुसी वेखो कि कागज़ दा गत्ता नाल चंबड़ जाएगा, पानी बिल्कुल थल्ले नहीं डिगेगा। ਇਹ ਗੱਤਾ ਗਲਾਸ ਨਾਲ ਚੰਬੜਿਆ ਅਤੇ ਇਹ ਹਟਾਉਣ ਨਾਲ ਪਾਣੀ ਥੱਲੇ ਡਿੱਗ ਪਿਆ। ਦੂਜਾ ਕਰਤਵ ਦੇਖੋ, ਇਹ ਗੱਤਾ ਕਾਗਜ਼ ਦਾ, ਇਹ ਗਲਾਸ, ਦੋ ਗਲਾਸ ਖਾਣ ਵਾਲਾ ਰੰਗ, ਨਮਕ, ਅਤੇ ਇਹ ਦੋਵਾਂ ਗਲਾਸਾਂ 'ਚ ਆਪਾਂ ਪਾਣੀ ਭਰਿਆ, ਪੌਣਾ ਕਰ ਲਿਆ ਗਲਾਸਾਂ ਨੂੰ। ਇਹ ਖਾਣ ਵਾਲਾ ਨਮਕ, ਇਹ ਦੋ ਚਮਚੇ ਲੂਣ ਦੇ ਇੱਕ ਗਲਾਸ 'ਚ ਪਾਏ ਅਤੇ ਚੰਗੀ ਤਰ੍ਹਾਂ ਹਿਲਾ ਕੇ ਰਲਾ ਦਿੱਤਾ ਨਮਕ, ਅਤੇ ਦੂਜੇ ਗਲਾਸ 'ਚ ਖੁਰਦਨੀ ਰੰਗ, ਖਾਣ ਵਾਲਾ ਰੰਗ, ਇਹ ਚੰਦ ਕਤਰੇ ਪਾਏ ਅਤੇ ਇਹਨੂੰ ਵੀ ਚੰਗੀ ਤਰ੍ਹਾਂ ਹਿਲਾਇਆ। ਅਤੇ ਹੁਣ ਇਹ ਲੂਣ ਵਾਲਾ ਪਾਣੀ ਇਹ ਰੰਗਦਾਰ ਪਾਣੀ ਦੇ ਉੱਤੇ ਕਾਗਜ਼ ਦਾ ਗੱਤਾ ਰੱਖਿਆ ਅਤੇ ਉਵੇਂ ਹੀ ਉਲਟਾ ਕਰ ਦਿੱਤਾ। ਦੋ ਚਾਰ ਕਤਰੇ ਪਾਣੀ ਦੇ ਵਗ ਜਾਣ ਤਾਂ ਖੈਰ, ਕੋਈ ਮਸਲਾ ਨਹੀਂ। ਇਹ ਕਾਗਜ਼ ਠਹਿਰ ਗਿਆ, ਇਹਨੂੰ ਲੂਣ ਵਾਲੇ ਪਾਣੀ ਦੇ ਬਿਲਕੁਲ ਉੱਤੇ ਰੱਖਿਆ ਅਤੇ ਹੁਣ ਹੌਲੀ ਹੌਲੀ ਕਾਗਜ਼ ਨੂੰ ਥੱਲਿਓਂ ਬਾਹਰ ਕੱਢ ਲਿਆ ਅਤੇ ਰੰਗਦਾਰ ਪਾਣੀ ਫੌਰਨ ਲੂਣ ਵਾਲੇ ਪਾਣੀ 'ਚ ਚਲਾ ਜਾਏਗਾ। ਲੇਕਿਨ ਥੱਲਵੇਂ ਗਲਾਸ 'ਤੇ ਪੀਂਦੇ 'ਚ ਚਿੱਟੇ ਰੰਗ ਦਾ ਪਾਣੀ ਲੂਣ ਵਾਲਾ ਹੋਏਗਾ, ਉੱਤੇ ਰੰਗਦਾਰ ਹੋਏਗਾ। ਇਹਦੀ ਵਜ੍ਹਾ ਕੀ ਆ? ਕਿਉਂਕਿ ਲੂਣ ਵਾਲਾ ਪਾਣੀ ਜ਼ਿਆਦਾ ਕਸੀਫ, ਜ਼ਿਆਦਾ ਘਣਾ, ਜ਼ਿਆਦਾ ਭਾਰਾ ਹੁੰਦਾ, ਇਸ ਵਾਸਤੇ ਥੱਲੇ ਬਹਿ ਜਾਂਦਾ, ਰੰਗ ਵਾਲਾ ਪਾਣੀ ਉੱਤੇ ਚਲਾ ਜਾਂਦਾ। ਆ ਜੋ ਇੱਕ ਹੋਰ ਤਜਰਬਾ ਕਰਦੇ ਹਾਂ, ਆ ਪਾਣੀ ਇੱਕ ਬੋਤਲ 'ਚੋਂ ਥੋੜ੍ਹਾ ਥੋੜ੍ਹਾ ਕਰਕੇ ਗਲਾਸ 'ਚ ਸੁੱਟੀ ਜਾਓ, ਹੈ ਨਾ ਮਜ਼ੇਦਾਰ ਕੰਮ? ਅਤੇ ਆਪਾਂ ਹੁਣ ਹੋਰ ਤਜਰਬਾ ਕਰੀਏ, ਇਹ ਬੋਤਲ 'ਚ ਫੂਕ ਮਾਰੀਏ ਅਤੇ ਤਾਰ ਬਣ ਕੇ ਪਾਣੀ ਗਲਾਸ 'ਚ ਆਏਗਾ। ਉਹ ਜਵਾਕੋ, ਸਾਇੰਸ ਸਿਰਫ ਸਾਇੰਸ ਨਹੀਂ ਆ, ਇਹ ਸਵਾਦ ਵੀ ਆ, ਮਜ਼ਾ ਵੀ ਆ।